वार्ड नंबर एक है जस हॉस्पिटल नज़दीक आरे वाली गली है तो इतने भी जो भी बारिश होंगी है ये साड़ा सीवर ओवरफ्लो हो जाता ओवरफ्लो हो के सारी टॉयलेट जी साडे घर दे अग्गे जांदी है भी नहीं है जो तो बारिश आती हल्की जी बारिश आने भी ना सीवर उपर उठ के सारा इधर टॉयलेट दो घर चाहिए मुश्किल हैगी है बड़ा औखा चार पांच बजे असि पैसे देके दिक्कत है जो देखो एक तो कि वार्ड नंबर एक है जस हॉस्पिटल नज़दीक आरे वाली गली है तो इतने भी जो भी बारिश होंगी है ये साड़ा सीवर ओवरफ्लो हो जाता ओवरफ्लो हो के सारी टॉयलेट जी साडे घर दे अगे जाती है तो ये सारी टॉयलेट साड़ा तो जीना मुहार होया पे असी घरां नूं दिक्कत है जी ये है जी ये थोड़े जे 8-10 घर है साढ़े पास कंप्लेट की तुसी कंप्लेट एमसी नूं की सी एमसी ने बंदे भी भेजे सके बंदियां ने बड़ी कोशिश की पर प्रॉब्लम हल नहीं हुई उन्होंने कोल की मांग करदे असी मांग ये करदे हां कि ये जल्दी तो जल्दी ये ठीक कराया जाए साडा जीना मुहाल ठीक हो जाए कमल भाई क्या परेशानी है परेशानी ये सारी जिस बारिशों की ओवरफ्लो होंगे जी बहुत ये है जी ओवरफ्लो तो सारा गिन्ना गंद सारा सारे इतने इकट्ठा हो जाते साडे घर मुड़े जी हाँ जी अच्छा ठीक क्या तुसी कंप्लेंट की थी? कंप्लेंट की थी, दो तीन बंदे भी आए थे झूठ नहीं बोलते जी चेयरमैन साहब को भी गए तो वह कहते कोई नहीं थोड़ा हल हो जाऊ जी और बंदे आ देख के चले जाते करते नहीं है हाँ जी क्या मांग करते बस ये कहते ठीक होना चाहिए बस होर साड़ी क्या मांग है जी पानी अंडरग्राउंड जावे जी बस बैग मारदा जब पैप पा देना जी बड़ा उसने हल हो जानी है जी ਪੈਪ ਬਿਲਕੁਲ ਛੋਟੀ ਪਾਈ ਵੀ ਜਿੰਨਾ ਗਲੀ ਇੰਚ ਦੀ ਪਾਈ ਤੇ ਨਹੀਂ ਸਾਰੇ ਸਾਰੇ ਹਾਂਜੀ ਪੈਪ ਭਰਿਆ ਪਿਆ ਹੀ ਐ ਨਹੀਂ ਹਾਂਜੀ ਰੁਕਿਆ ਪਿਆ ਪੈਪ ਹੀ ਐ ਪਾਣੀ ਨਿਕਲਦਾ ਹੀ ਨਹੀਂ ਹੈਗਾ ਜੀ ਬਸ ਕਦੋਂ ਆਉਂਦੀ ਹੈ ਕਿੱਦਾਂ ਦੀ ਪਰੇਸ਼ਾਨੀ ਝੇਲਣੀ ਪੈਂਦੀ ਹੈ ਸਾਰੇ ਜਦੋਂ ਬਾਰਿਸ਼ ਆਉਂਦੀ ਨਾ ਉਦੋਂ ਹੀ ਪ੍ਰੋਬਲਮ ਜ਼ਿਆਦਾ ਆਉਂਦੀ ਆ ਹੁਣ ਅਦਰਵਾਈਜ਼ ਹੁਣ ਤਾਂ ਕੁਝ ਵੀ ਨਹੀਂ ਹੈ ਜਦੋਂ ਬਾਰਿਸ਼ ਆਉਂਦੀ ਹਲਕੀ ਜੀ ਬਾਰਿਸ਼ ਆਉਣ ਨਾਲ ਵੀ ਨਾ ਸੀਵਰੇਜ ਉੱਪਰ ਉੱਟ ਕੇ ਸਾਰਾ ਇਹਦਾ ਟੋਇਲਟਸ ਇਹ ਦੋ ਘਰਾਂ ਚ ਜਾਂਦੀ ਮੁਸ਼ਕਲ ਹੈਗੀ ਹੈ ਪਿੱਛੋਂ ਵੀ ਆਉਂਦੀ ਹੈ ਸਾਰਾ ਇਹਨਾਂ ਦੇ ਵੀ ਬੈਕ ਆ ਜਾਂਦਾ ਇੱਕ ਇੱਧਰੋਂ ਵੀ ਆ ਜਾਂਦਾ ਇੱਕ ਲਾਸਟ ਹੋ ਜਾਂਦਾ ਉਹਨਾਂ ਦੇ ਵੀ ਸਾਰਾ ਬੈਕ ਸਾਡੇ ਘਰਾਂ 'ਚ ਅੱਗੇ ਆ ਜਾਂਦਾ ਔਰ ਨਿਕਲਣਾ ਬਾਹਰ ਮੁਸ਼ਕਲ ਬਹੂ ਪ੍ਰੈਗਨੈਂਟ ਹੈਗੀ ਉਹਨੂੰ ਚੈੱਕ ਕਰਾਉਣ ਜਾਣਾ ਸੀ ਉਸਨੇ ਅਸੀਂ ਇੱਥੇ ਪੇਪਰ ਰੱਖੇ ਫਿਰ ਰੱਖ ਕੇ ਉਹਦੇ ਫਿਰ ਪਹੁੰਚਾਇਆ ਅਸੀਂ ਹਸਪਤਾਲ ਬਿੱਲ ਦਿੰਦੇ ਆ ਸੀਵਰੇਜ ਦਾ ਬਿੱਲ ਦਿੰਦੇ ਪਾਣੀ ਦਾ ਬਿੱਲ ਦਿੰਦੇ ਪਰ ਫਿਰ ਵੀ ਇਹ ਮੁਸ਼ਕਲ ਆ ਜਾਂਦੀ ਪਈ ਆ ਇਹ ਤਾਂ ਹੁਣ ਨਗਰ ਕੌਂਸਲ ਦਾ ਮਤਲਬ ਹੈ ਨਾ ਵੀ ਠੀਕ ਕਰਨਾ ਜੋ ਵੀ ਅਜੇ ਤਾਂ ਇਹ ਕਹਿੰਦੇ ਕਿ ਜੋ ਵੀ ਪ੍ਰੋਬਲਮ ਹੈਗੀ ਹੈ ਤਾਂ ਉਹ ਸਲੂਸ਼ਨ ਵੀ ਉਹਨਾਂ ਨੇ ਕੱਢਣਾ ਨਾ ਜਾਂ ਤਾਂ ਸਾਨੂੰ ਕੁਛ ਕਹੋ ਵੀ ਨਹੀਂ ਹੋ ਸਕਦਾ ਤਾਂ ਅਸੀਂ ਚਲੋ ਆਪੇ ਕਰ ਲਈਏ ਹੁਣ ਦੋ ਘਰ ਜਿਹੜੇ ਇਹ ਸਾਨੂੰ ਦੋ ਜਣਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੈਗੀ ਬਾਕੀਆਂ ਟੋਇਲਟ ਸਾਹ ਆ ਕੇ ਇੱਥੇ ਆ ਜਾਂਦਾ ਬਾਕੀ ਜਿਹੜਾ ਨਿਕਲਦਾ ਓਵਰ ਹੁੰਦਾ ਪਰ ਸਾਡੇ ਘਰ ਦੇ ਅੱਗੇ ਆ ਜਾਂਦਾ ਬਿਲਕੁਲ ਹੀ ਉਹ ਜ਼ਿਆਦਾ ਦਿੱਕਤ ਹੈਗੀ ਨਾ ਲੱਕੀ ਜੀ ਕੀ ਦਿੱਕਤ ਆ ਰਹੀ ਹੈ ਉਹ ਆਰੇ ਵਾਲੀ ਗਲੀ ਥੱਲੇ ਘਰਾਂ 'ਚ ਬਹੁਤ ਸੀਵਰੇਜ ਟੱਟੀਆਂ ਬਾਹਰ ਆ ਜਾਂਦੀਆਂ ਉਹਨਾਂ 'ਚ ਦਿੱਕਤ ਆਉਂਦੀ ਲੰਘਣ ਇਹ ਇਲਾਕੇ ਐਮ ਸੀ ਹੋ ਤੁਹਾਡੀ ਵਾਈਫ ਐਮ ਸੀ ਹੈ ਤੁਸੀਂ ਦੇਖ ਰੇਖ ਕਰਦੇ ਹੋ ਕੀ ਕਹਿਣਾ ਚਾਹੁੰਦੇ ਅਸਲ 'ਚ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਵਾਲੀ ਜਿਹੜਾ ਸਾਡੇ ਸੀਵਰੇਜ ਦਾ ਹੈਗਾ ਜੀ ਉਹ ਪੁਰਾਣੇ ਟਾਈਮ ਦੇ ਵਿੱਚ ਪਿਆ ਹੋਇਆ ਔਰ ਮੇਨ ਰੋਡ ਤੋਂ 6 ਫੁੱਟ ਡਾਊਨ ਹੈ ਜਗ੍ਹਾ ਉਹ ਅਤੇ ਜੇ ਅਸੀਂ ਜਦੋਂ ਕਿਤੇ ਬਾਰਿਸ਼ ਹੁੰਦੀ ਹੈ ਤਾਂ ਉਹ ਨੀਚੇ ਨੂੰ ਜਿੰਨਾ ਵੀ ਸਾਡਾ ਹੁੰਦਾ ਵੇਸਟ ਪਾਣੀ ਹੈ ਜਾਂ ਜੋ ਵੀ ਹੈ ਉਹ ਸਾਰਾ ਉਸ ਸੀਵਰੇਜ ਦੇ ਵਿੱਚ ਹੈ ਕਿਉਂਕਿ ਲਾਸਟ ਢੱਕਣ ਜਿਹੜਾ ਸਿਰਫ 1 ਫੁੱਟ ਦਾ ਹੈ ਉਹ ਤਾਂ ਜਾਂ ਫਿਰ ਮੌਕੇ 'ਤੇ ਜਦੋਂ ਉਦੋਂ ਕੋਈ ਐਮ ਸੀ ਸੀਗਾ ਉਹਦੀ ਗਲਤੀ ਮੈਂ ਕਹਿ ਸਕਦਾ ਸਿੱਧੇ ਤੌਰ 'ਤੇ ਜਾਂ ਫਿਰ ਜਿਹੜੇ ਮੌਕੇ 'ਤੇ ਸਾਡੇ ਅਫਸਰ ਸਾਹਿਬਾਨ ਸੀਗੇ ਉਹਨਾਂ ਨੇ ਕਿਤੇ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ 1 ਫੁੱਟ ਪਾਣੀ ਨੂੰ ਅਸੀਂ 7 ਫੁੱਟ ਹਾਈਟ ਦੇ ਉੱਤੇ ਨਹੀਂ ਪਜਾ ਸਕਦੇ ਫਿਰ ਉਹ ਸਾਰਾ ਇੱਦਾਂ ਹੀ ਰਹੂਗਾ ਜੀ ਹਾਲ ਨਹੀਂ ਨਹੀਂ ਮੈਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਇਸ ਗੱਲ ਦਾ ਕਿ ਅਸੀਂ ਉਹਦੇ ਨਾਲ ਜਿਹੜੀ ਹੈ ਇੱਕ ਨਾਲੀ ਬਣਾ ਕੇ ਦੇਵਾਂਗੇ ਪਰ ਹੁਣ ਜੇ ਅਸੀਂ ਇਸ ਟਾਈਮ ਉਹਨੂੰ ਪਟਾਈ ਕਰੀਏ ਤਾਂ ਦੋਹੇ ਪਾਸੇ ਜਿਹੜੇ ਮਕਾਨ ਬਣੇ ਹੋਏ ਆ ਅਤੇ ਮਕਾਨਾਂ ਦੇ ਨਾਲ ਜੇ ਅਸੀਂ ਪਟਾਈ ਕੀਤੀ ਤਾਂ ਉਹਦੇ ਨੀਹਾਂ ਨੂੰ ਕੋਈ ਖਤਰਾ ਆ ਸਕਦਾ ਬਰਸਾਤ ਖਤਮ ਹੁੰਦੇ ਸਾਰ ਅਸੀਂ ਉਹਨਾਂ ਦਾ ਬਹੁਤ ਵਧੀਆ ਕੋਈ ਨਾ ਕੋਈ ਹੱਲ ਕਰਕੇ ਦੇਵਾਂਗੇ ਉਹਨਾਂ ਨੂੰ ਜਦ ਤੱਕ ਉਹ ਨਰਕ ਦੀ ਜ਼ਿੰਦਗੀ ਜੀਉਂਗੇ ਨਹੀਂ ਨਹੀਂ ਕੁਛ ਨਹੀਂ ਐਸੀ ਗੱਲ ਨਹੀਂ ਹੈ ਪਰ ਅਸੀਂ ਜਦੋਂ ਉਹਨਾਂ ਦੀ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਮੈਂ ਇਹਦੇ ਵਾਸਤੇ ਗੱਡੀ ਕੋਈ ਨਾ ਕੋਈ ਭੇਜ ਦਾਂ ਚਾਹੇ ਉਹ ਟੈਂਕਰ ਆਉਂਦਾ ਸਾਡਾ ਅਸੀਂ ਉਹਦੀ ਸਫਾਈ ਰੈਗੂਲਰ ਕਰਾਈ ਦੀ ਹੈ ਮਾਰ ਕੇ ਚੱਲ ਗਏ ਉਹ ਕੁਛ ਨਹੀਂ ਕੀਤਾ ਨਹੀਂ ਨਹੀਂ ਐਸੀ ਗੱਲ ਨਹੀਂ ਮੈਂ ਤਾਂ ਕੋਲ ਖੜ ਕੇ ਕੰਮ ਕਰਾ ਕੇ ਆਇਆ ਸਾਰਾ
ਅਸ਼ੋਕ ਜੀ ਜਿਹੜਾ ਨਾਲਾ ਹੈ ਉਹ ਅਸਲ 'ਚ ਮਾਲਕੀ ਹੈ ਲੋਕਾਂ ਦੀ, ਜਿਹੜੀ ਉਸ ਤੋਂ ਅੱਗੇ ਹੈ ਨਾ ਜਿੱਥੇ ਨਾਲਾ ਸਾਡਾ ਖਤਮ ਹੁੰਦਾ ਉਸ ਤੋਂ ਅੱਗੇ ਮਾਲਕ ਹੈ। ਉਹਨਾਂ ਨਾਲ ਵੀ ਸਾਡੀ ਗੱਲ ਹੋਈ ਹੈ ਵੀ ਚਲੋ ਕਿਸੇ ਨਾ ਕਿਸੇ ਢੰਗ ਨਾਲ ਸੀ ਉਹਦਾ ਜਿਹੜਾ ਸੀਵਰੇਜ ਆ ਉਹਨੂੰ ਸ਼ਿਫਟ ਕਰਾਂਗੇ ਉਸ ਪਾਸੇ, ਕਿਉਂਕਿ ਇਹ ਬਹੁਤ ਵੱਡੀ ਗਲਤੀ ਹੈ ਪ੍ਰਸ਼ਾਸਨ ਦੀ ਗਲਤੀ, ਇਹਨੂੰ ਨਗਰ ਕੌਂਸਲ ਪੁਰਾਣੇ ਦੇ ਜਿਹੜੇ ਸਾਡੇ ਅਧਿਕਾਰੀ ਸੀ ਉਹਨਾਂ ਦੀ ਗਲਤੀ, ਮੈਂ ਸ਼ਹਿਰਾਂ ਕਹੂੰਗਾ ਵੀ ਉਹਨਾਂ ਦੀ ਗਲਤੀ ਹੈ। ਇੱਕ ਫੁੱਟ ਪਾਣੀ ਨੂੰ ਅਸੀਂ ਕਿੱਦਾਂ ਲੈ ਕੇ ਆਈਏ ਪਿੱਛੇ 8 ਫੁੱਟ ਦੇ ਉੱਤੇ ਭੁਗਤ ਰਿਹਾ, ਹਾਂ ਲੋਕਾਂ ਨੂੰ ਇਹਦਾ ਖਾਮਿਆਜਾ ਭੁਗਤਣਾ ਪੈ ਰਿਹਾ, ਔਰ ਮੌਕੇ ਦੇ ਉੱਤੇ ਅਸੀਂ ਉਹਨਾਂ ਨੂੰ ਕੋਈ ਨਾ ਕੋਈ ਹੱਲ ਕਰਕੇ ਦੇਵਾਂਗੇ, ਅਸੀਂ ਗੱਲ ਨਹੀਂ ਹੈ ਕਿ ਉਹਦਾ ਕੋਈ ਹੱਲ ਨਹੀਂ ਹੋਏਗਾ, ਕਰਾਂਗੇ ਬਾਹਰ ਆਏ ਸਾਰਾ ਮਰਜ਼ੀ। ਇਹਦੇ ਬਾਰੇ ਕੁਛ 2 ਦਿਨ ਪਹਿਲਾਂ ਮੇਰੇ ਧਿਆਨ 'ਚ ਲਿਆਂਦਾ ਗਿਆ ਸੀ ਕਿ ਵਾਰਡ ਨੰਬਰ 1 'ਚ ਜਿਹੜਾ ਹੈਗਾ ਬਰਹਮਲੇ ਇਸ਼ੂ ਹੈਗਾ, ਕਿਸੇ ਠੇਕੇਦਾਰ ਨੇ ਪਹਿਲਾਂ ਸੀਵਰ ਵਗੈਰਾ ਉੱਥੇ ਲਾਈਨ ਪਾਈ ਹੈਗੀ ਹੈ, ਅਤੇ ਉਹਦੇ ਲੈਵਲ ਦਾ ਕੋਈ ਇਸ਼ੂ ਆ ਰਿਹਾ, ਕੁਛ ਤਾਂ ਬਰਸਾਤ ਜ਼ਿਆਦਾ ਹੋ ਗਈ ਜਿਹਦੇ ਕਰਕੇ ਦਿੱਕਤ ਮਹਿਸੂਸ ਹੋਈ, ਉਹ ਲੈਵਲ ਅਸੀਂ ਜਲਦੀ ਹੀ ਚੈੱਕ ਕਰਾ ਗਏ ਉਹ ਕੰਮ ਨੂੰ, ਤਾਂ ਕਿ ਉਹਦਾ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਅਤੇ ਉਹ ਲੈਵਲ ਸੈੱਟ ਕਰਾ ਕੇ, ਕਿਉਂਕਿ ਤਾਂ ਕਿ ਪਾਣੀ ਦਾ ਸੀਵਰ ਦਾ ਡਿਸਪੋਜ਼ਲ ਪ੍ਰੋਪਰ ਹੋ ਸਕੇ, ਅਸੀਂ ਜਲਦੀ ਇਹਦਾ ਆਪਣੇ ਵੱਲੋਂ ਹੱਲ ਕਰਾਵਾਂਗੇ ਲੋਕਾਂ ਨੂੰ, ਤਾਂ ਕਿ ਅੱਗੇ ਤੋਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।